ਓਲੰਪਿਕ ਦੇ ਵਿੱਚ ਬ੍ਰੌਂਜ਼ ਤੇ ਏਸ਼ੀਅਨ ਕੱਪ ਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਦੇ ਕੈਪਟਨ ਅਤੇ ਹੋਰ ਪਲੇਅਰ ਜਿਹੜੇ ਨੇ ਉਹ ਅੱਜ ਅੰਮ੍ਰਿਤਸਰ ਪਹੁੰਚੇ ਨੇ ਤਾਂ ਉਸ ਸਕੂਲ ਦੇ ਵਿੱਚ ਪਹੁੰਚੇ ਨੇ ਜਿੱਥੇ ਕਿ ਕੁਝ ਪਲੇਅਰ ਜਿਹੜੇ ਨੇ ਪੜ੍ਹ ਵੀ ਚੁੱਕੇ ਨੇ ਤਾਂ ਅੱਜ ਇੱਥੇ ਉਹਨਾਂ ਦਾ ਸਵਾਗਤ ਜਿਹੜਾ ਉਹ ਕੀਤਾ ਜਾਣਾ ਤਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਬੱਸ ਦੇ ਵਿੱਚ ਸਵਾਰ ਹੋ ਕੇ ਭਾਵੇਂ ਜਿਹੜੇ ਇੰਡੀਅਨ ਹਾਕੀ ਟੀਮ ਦੇ ਕੈਪਟਨ ਨੇ ਹਰਮਨਜੀਤ ਅਤੇ ਹੋਰ ਜਿਹੜੇ ਪਲੇਅਰ ਨੇ ਉਹ ਪਹੁੰਚੇ ਨੇ ਤਾਂ ਉਹਨਾਂ ਦਾ ਜਿਹੜਾ ਸਵਾਗਤ ਹੈ ਉਹ ਇਸ ਸਕੂਲ ਦੇ ਵਿੱਚ ਕੀਤਾ ਜਾਣਾ ਔਰ ਵਿਸ਼ੇਸ਼ ਜਿਹੜਾ ਸਨਮਾਨ ਹੈ ਇਹਨਾਂ ਸਾਰੇ ਖਿਡਾਰੀਆਂ ਦਾ ਉਹ ਕੀਤਾ ਜਾ ਰਿਹਾ ਤਾਂ ਤੁਸੀਂ ਦੇਖ ਸਕਦੇ ਕਿ ਢੋਲ ਦੇ ਨਾਲ ਸਾਰੇ ਜਿਹੜੇ ਖਿਡਾਰੀਆਂ ਦਾ ਸਵਾਗਤ ਹੋ ਰਿਹਾ ਤਾਂ ਇੱਕ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਇਤਿਹਾਸਕ ਪਲ ਹੈ ਕਿ ਟੀਮ ਜਿਹੜੀ ਹੈ ਉਹ ਜਿੱਤ ਦਰਜ ਕਰਨ ਤੋਂ ਬਾਅਦ ਅੱਜ ਆਪਣੇ ਸ਼ਹਿਰ ਅੰਮ੍ਰਿਤਸਰ ਦੇ ਵਿੱਚ ਪਹੁੰਚੀ ਹੈ ਤਾਂ ਹਰਮਨਜੀਤ ਜੋ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧ ਰੱਖਦੇ ਨੇ ਅੰਮ੍ਰਿਤਸਰ ਦਾ ਪਿੰਡ ਟਿੰਮੋਵਾਲ ਜਿੱਥੋਂ ਦੇ ਰਹਿਣ ਵਾਲੇ ਹਰਮਨਜੀਤ ਜੋ ਕਿ ਭਾਰਤੀ ਹਾਕੀ ਟੀਮ ਦੇ ਕਪਤਾਨ ਨੇ ਤਾਂ ਹੋਰ ਤਾਂ ਇਸ ਵੇਲੇ ਤੁਸੀਂ ਦੇਖ ਸਕਦੇ ਕਿ ਹਰਮਨਜੀਤ ਜਿਹੜੇ ਨੇ ਉਹ ਔਰ ਉਹਨਾਂ ਦੇ ਨਾਲ ਤਮਾਮ ਜਿਹੜੇ ਹਾਕੀ ਟੀਮ ਦੇ ਪਲੇਅਰ ਨੇ ਉਹ ਇੱਥੇ ਪਹੁੰਚੇ ਨੇ ਤਾਂ ਸਵਾਗਤ ਹੋ ਰਿਹਾ ਜੁਗਰਾਜ ਸਿੰਘ ਤੁਸੀਂ ਦੇਖ ਸਕਦੇ ਕਿ ਹਾਕੀ ਦੇ ਵਿੱਚ ਕਮੈਂਟਰੀ ਕਰਦੇ ਹੋਏ ਨਜ਼ਰ ਆਉਂਦੇ ਰਹੇ ਨੇ ਉਹਨਾਂ ਵੱਲੋਂ ਸਵਾਗਤ ਕੀਤਾ ਜਾ ਰਿਹਾ ਜਿਹੜੇ ਸਾਬਕਾ ਹਾਕੀ ਖਿਡਾਰੀ ਨੇ ਮੌਜੂਦਾ ਪੁਲਿਸ ਅਧਿਕਾਰੀ ਨੇ ਉਹਨਾਂ ਵੱਲੋਂ ਇਹਨਾਂ ਹਾਕੀ ਖਿਡਾਰੀਆਂ ਦਾ ਸਵਾਗਤ ਜੋ ਹੈ ਉਹ ਅੰਮ੍ਰਿਤਸਰ ਦੇ ਵਿੱਚ ਕੀਤਾ ਜਾ ਰਿਹਾ ਤਾਂ ਤਮਾਮ ਜਿਹੜੇ ਹਾਕੀ ਦੇ ਖਿਡਾਰੀ ਅੱਜ ਅੰਮ੍ਰਿਤਸਰ ਪਹੁੰਚੇ ਨੇ ਔਰ ਖਾਸ ਤੌਰ 'ਤੇ ਉਸ ਸਕੂਲ ਦੇ ਵਿੱਚ ਜਿੱਥੇ ਇਹ ਖਿਡਾਰੀ ਪੜ੍ਹ ਵੀ ਚੁੱਕੇ ਨੇ ਤਾਂ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਇਹਨਾਂ ਖਿਡਾਰੀਆਂ ਦਾ ਭਰਵਾਂ ਸਵਾਗਤ ਜੋ ਹੈ ਉਹ ਕੀਤਾ ਜਾ ਰਿਹਾ ਤਾਂ ਭਾਰਤੀ ਹਾਕੀ ਟੀਮ ਦੇ ਉਹ ਸਿਤਾਰੇ ਜਿਹੜੇ ਕਿ ਭਾਰਤ ਦਾ ਨਾਮ ਜੋ ਹੈ ਦੁਨੀਆ ਭਰ ਦੇ ਵਿੱਚ ਚਮਕਾਉਣ ਦੇ ਵਿੱਚ ਜਿਨ੍ਹਾਂ ਦਾ ਅਹਿਮ ਰੋਲ ਰਿਹਾ ਤਾਂ ਢੋਲ ਦੀ ਥਾਪ ਦੇ ਉੱਤੇ ਇਹਨਾਂ ਸਾਰੇ ਖਿਡਾਰੀਆਂ ਦਾ ਇੱਥੇ ਸਵਾਗਤ ਹੋ ਰਿਹਾ ਔਰ ਖਾਸ ਜਿਹੜਾ ਸਨਮਾਨ ਸਮਾਰੋਹ ਵੀ ਇਹਨਾਂ ਦੇ ਲਈ ਰੱਖਿਆ ਗਿਆ ਕਿਉਂਕਿ ਇਹੀ ਉਹ ਖਿਡਾਰੀ ਨੇ ਜਿਨ੍ਹਾਂ ਨੇ ਭਾਰਤ ਦਾ ਨਾਂ ਦੁਨੀਆ ਭਰ ਦੇ ਵਿੱਚ ਚਮਕਾਇਆ ਹਰਮਨਜੀਤ ਜਿਹੜੇ ਕਿ ਹਾਕੀ ਟੀਮ ਦੇ ਔਰ ਉਹਨਾਂ ਦੇ ਨਾਲ ਹੋਰ ਜਿਹੜੇ ਟੀਮ ਦੇ ਪਲੇਅਰ ਨੇ ਉਹ ਇੱਥੇ ਪਹੁੰਚੇ ਨੇ ਤਾਂ ਸਵਾਗਤ ਦੀਆਂ ਤਸਵੀਰਾਂ ਅਸੀਂ ਲਗਾਤਾਰ ਸਾਂਝੀਆਂ ਕਰ ਰਹੇ ਹਾਂ ਤਾਂ ਇਹ ਇੱਕ ਇਤਿਹਾਸਕ ਪਲ ਹੈ ਅਸੀਂ ਕਹਿ ਸਕਦੇ ਕਿਉਂਕਿ ਪੰਜਾਬ ਦਾ ਜਿੱਥੇ ਮਾਣ ਰੋਸ਼ਨ ਕੀਤਾ ਉੱਥੇ ਹੀ ਗੁਰੂ ਨਗਰੀ ਅੰਮ੍ਰਿਤਸਰ ਦੇ ਨਾਲ ਸੰਬੰਧਿਤ ਇਹ ਜਿਹੜੇ ਖਿਡਾਰੀ ਨੇ ਤਾਂ ਇਸ ਵੇਲੇ ਤੁਸੀਂ ਦੇਖੋ ਕਿ ਉਹਨਾਂ ਦਾ ਇਸ ਸਕੂਲ ਦੇ ਵਿੱਚ ਪਹੁੰਚਣ 'ਤੇ ਸਵਾਗਤ ਕੀਤਾ ਜਾ ਰਿਹਾ ਤਾਂ ਤਮਾਮ ਜਿਹੜੇ ਹਾਕੀ ਦੇ ਖਿਡਾਰੀ ਖਾਸ ਤੌਰ 'ਤੇ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਲ ਸੰਬੰਧਿਤ ਰੱਖਣ ਵਾਲੇ ਹਾਲਾਂਕਿ ਕੁਝ ਜਿਹੜੇ ਖਿਡਾਰੀ ਨੇ ਉਹ ਜਲੰਧਰ ਦੇ ਨਾਲ ਵੀ ਸੰਬੰਧ ਰੱਖਦੇ ਨੇ ਪਰ ਕਿਉਂਕਿ ਪਹਿਲਾਂ ਓਲੰਪਿਕ ਦੇ ਵਿੱਚ ਬ੍ਰੌਂਜ਼ ਮੈਡਲ ਆਪਣੇ ਨਾਮ ਕੀਤਾ ਔਰ ਹੁਣ ਏਸ਼ੀਅਨ ਜਿਹੜਾ ਕੱਪ ਸੀ ਉਸਦੇ ਵਿੱਚ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਹਾਕੀ ਟੀਮ ਜਿਹੜੀ ਹੈ ਭਾਰਤ ਪਹੁੰਚੀ ਹੈ ਔਰ ਉਹਨਾਂ ਦਾ ਭਰਵਾਂ ਸਵਾਗਤ ਜਿਹੜਾ ਉਹ ਇੱਥੇ ਕੀਤਾ ਜਾ ਰਿਹਾ ਤਾਂ ਤਸਵੀਰਾਂ ਤੁਸੀਂ ਲਗਾਤਾਰ ਦੇਖ ਰਹੇ ਹੋ ਹਰਮਨਜੀਤ ਜਿਹੜੇ ਕਿ ਭਾਰਤੀ ਹਾਕੀ ਟੀਮ ਦੇ ਕੈਪਟਨ ਨੇ ਔਰ ਉਹਨਾਂ ਦੇ ਨਾਲ ਹੋਰ ਜਿਹੜੇ ਖਿਡਾਰੀ ਜਿਨ੍ਹਾਂ ਦੀ ਹਰ ਇੱਕ ਮੈਚ ਦੇ ਵਿੱਚ ਔਰ ਓਲੰਪਿਕਸ ਤੋਂ ਇਲਾਵਾ ਏਸ਼ੀਅਨ ਕੱਪ ਦੇ ਵਿੱਚ ਜਿਹੜੀ ਅਹਿਮ ਭੂਮਿਕਾ ਰਹੀ ਹੈ ਤਾਂ ਉਹ ਖਿਡਾਰੀ ਇਸ ਵੇਲੇ ਉਹਨਾਂ ਦੇ ਚਿਹਰੇ ਦੇ ਉੱਤੇ ਇੱਕ ਖਾਸ ਰੌਣਕ ਖਾਸ ਖੁਸ਼ੀ ਜਿਹੜੀ ਆ ਉਹ ਝਲਕਦੀ ਹੋਈ ਨਜ਼ਰ ਆ ਰਹੀ ਹੈ ਤਾਂ ਹਰ ਇੱਕ ਪੰਜਾਬੀ ਨੂੰ ਔਰ ਖਾਸ ਤੌਰ 'ਤੇ ਅੰਮ੍ਰਿਤਸਰੀਆਂ ਨੂੰ ਮਾਣ ਹੈ ਕਿਉਂਕਿ ਅੰਮ੍ਰਿਤਸਰ ਦਾ ਜੰਮਪਲ ਹਰਮਨਪ੍ਰੀਤ ਜੋ ਕਿ ਭਾਰਤੀ ਹਾਕੀ ਟੀਮ ਦਾ ਕੈਪਟਨ ਹੈ ਔਰ ਉਸਦੀ ਅਗਵਾਈ ਦੇ ਵਿੱਚ ਹੀ
ਟੀਮ ਦੇ ਵੱਲੋਂ ਜਿਹੜੀ ਬਿਹਤਰ ਪਰਫਾਰਮੈਂਸ ਹੈ ਉਹ ਦਿੱਤੀ ਗਈ ਹੈ, ਤਾਂ ਇਸ ਕਰਕੇ ਹਰ ਕੋਈ ਇਹਨਾਂ ਖਿਡਾਰੀਆਂ ਦਾ ਜਿਹੜਾ ਉਹ ਹੈ ਸਵਾਗਤ ਕਰਨਾ ਚਾਹੁੰਦਾ ਇਹਨਾਂ ਖਿਡਾਰੀਆਂ ਦੇ ਨਾਲ ਜੋ ਹੈ ਉਹ। ਤਾਂ ਸਾਰੇ ਖਿਡਾਰੀ ਤੁਸੀਂ ਦੇਖ ਸਕਦੇ ਹੋ ਕਿ ਇਸ ਵੇਲੇ ਇੱਥੇ ਮੌਜੂਦ ਨੇ ਔਰ ਉਹਨਾਂ ਵੱਲੋਂ ਇੱਥੇ ਗਰੁੱਪ ਫੋਟੋ ਖਿਚਵਾਈ ਜਾ ਰਹੀ ਹੈ। ਢੋਲ ਦੀ ਥਾਪ ਤੁਸੀਂ ਲਗਾਤਾਰ ਸੁਣ ਸਕਦੇ ਹੋ ਕਿ ਢੋਲ ਦੀ ਥਾਪ ਦੇ ਉੱਤੇ ਉਹਨਾਂ ਦਾ ਸਵਾਗਤ ਜਿਹੜਾ ਉਹ ਕੀਤਾ ਜਾ ਰਿਹਾ। ਤਾਂ ਤਮਾਮ ਸਾਡੇ ਪੰਜਾਬ ਦੇ ਉਹ ਖਿਡਾਰੀ ਜਿਨ੍ਹਾਂ ਨੇ ਜਿੱਤ ਦਰਜ ਕਰਨ ਦੇ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਚਾਹੇ ਅਸੀਂ ਓਲੰਪਿਕਸ ਦੀ ਗੱਲ ਕਰੀਏ ਜਾਂ ਫਿਰ ਏਸ਼ੀਅਨ ਕੱਪ ਦੀ ਗੱਲ ਕਰੀਏ, ਤਾਂ ਇਹ ਉਹ ਖਿਡਾਰੀ ਨੇ ਜਿਨ੍ਹਾਂ ਨੇ ਪੰਜਾਬ ਦੇ ਨਾਲ ਨਾਲ ਆਪਣੇ ਅੰਮ੍ਰਿਤਸਰ ਔਰ ਦੇਸ਼ ਦਾ ਨਾਮ ਜਿਹੜਾ ਉਹ ਰੋਸ਼ਨ ਕੀਤਾ ਔਰ ਦੇਸ਼ ਦੇ ਤਿਰੰਗੇ ਦੀ ਸ਼ਾਨ ਜਿਹੜੀ ਆ ਵਧਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾਈ। ਤਾਂ ਅੱਜ ਇਹਨਾਂ ਖਿਡਾਰੀਆਂ ਦਾ ਇੱਥੇ ਪਹੁੰਚਣ ਦੇ ਉੱਤੇ ਵਿਸ਼ੇਸ਼ ਜਿੱਥੇ ਸਵਾਗਤ ਕੀਤਾ ਗਿਆ ਤਾਂ ਉੱਥੇ ਹੀ ਇਸ ਸਕੂਲ ਦੇ ਵੱਲੋਂ ਇਹਨਾਂ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਜਾ ਰਿਹਾ।